ਸ਼ਿਵਕ ਕੇ ਦਰਵੇਸ਼ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਆਸਾ ਹੈ ਤੁਸੀਂ ਸਭ ਠੀਕ ਹੋਵੋਗੇ। ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਆਪਣੇ ਨਾਲ ਇਹ ਚੀਜ਼ਾਂ ਹੋ ਕੇ ਰਹਿਣਗੀਆਂ, ਆਪਾਂ ਜਿੱਥੇ ਮਰਜ਼ੀ ਭੱਜ ਲਈਏ, ਜੇਕਰ ਆਪਾਂ ਇਹ ਗਲਤੀ ਕਰਦੇ ਹਾਂ ਤਾਂ ਆਪਾਂ ਨੂੰ ਇਹ ਗਲਤੀ ਸੁਧਾਰ ਲੈਣੀ ਚਾਹੀਦੀ ਹੈ। ਇਹ ਗਲਤੀ ਆਪਾਂ ਨੂੰ ਵੀਡੀਓ ਦੇ ਅੰਤ ਦੇ ਵਿੱਚ ਪਤਾ ਲੱਗ ਜਾਏਗੀ। ਇਸ ਗਲਤੀ ਨੂੰ ਸੁਧਾਰ ਕੇ ਆਪਾਂ ਆਪਣਾ ਸਾਰਾ ਜੀਵਨ ਖੁਸ਼ਹਾਲ ਬਤੀਤ ਕਰ ਸਕਦੇ ਹਾਂ। ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ। ਇੱਕ ਪੰਡਿਤ ਜੀ ਆਪਣੇ ਇੱਕ ਦੋਸਤ ਨੂੰ ਮਿਲਣ ਆਪਣੇ ਸ਼ਹਿਰ ਤੋਂ ਦੂਸਰੇ ਸ਼ਹਿਰ ਜਾ ਰਹੇ ਸੀ। ਪੰਡਿਤ ਜੀ ਦਾ ਉਹ ਦੋਸਤ ਬਚਪਨ ਤੋਂ ਹੀ ਅਪਾਹਿਜ ਅਤੇ ਗੂੰਗਾ ਸੀ। ਰਸਤਾ ਲੰਮਾ ਹੋਣ ਕਰਕੇ ਪੰਡਿਤ ਜੀ ਆਰਾਮ ਦੇ ਨਾਲ ਚੱਲਦੇ ਜਾ ਰਹੇ ਸੀ। ਜਦੋਂ ਰਸਤੇ ਦੇ ਵਿੱਚ ਜਾ ਰਹੇ ਸੀ ਤਾਂ ਉਹਨਾਂ ਦੇ ਨਾਲ ਇੱਕ ਹੋਰ ਇਨਸਾਨ ਆ ਕੇ ਰਲ ਗਿਆ। ਪੰਡਿਤ ਜੀ ਨੇ ਸੋਚਿਆ ਕਿ ਚਲੋ ਚੰਗਾ ਹੋਇਆ, ਹੁਣ ਸਫ਼ਰ ਗੱਲਾਂ ਮਾਰਦੇ ਲੰਘ ਜਾਏਗਾ। ਜਦੋਂ ਪੰਡਿਤ ਜੀ ਨੇ ਉਸ ਇਨਸਾਨ ਦਾ ਨਾਮ ਪੁੱਛਿਆ ਤਾਂ ਉਸ ਇਨਸਾਨ ਨੇ ਆਪਣਾ ਨਾਮ ਮਹਾਕਾਲ ਦੱਸਿਆ। ਪੰਡਿਤ ਜੀ ਨੂੰ ਉਹ ਨਾਮ ਬਹੁਤ ਹੀ ਅਜੀਬ ਲੱਗਿਆ, ਪਰ ਉਹਨਾਂ ਨੇ ਨਾਮ ਵੱਲ ਜ਼ਿਆਦਾ ਧਿਆਨ ਨਾ ਦਿੰਦੇ ਹੋਇਆ ਆਪਣੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ। ਰਸਤੇ ਦੇ ਵਿੱਚ ਜਾ ਰਹੇ ਸੀ ਅਤੇ ਇੱਕ ਛੋਟਾ ਜਿਹਾ ਪਿੰਡ ਆਇਆ। ਮਹਾਕਾਲ ਨੇ ਕਿਹਾ ਕਿ ਪੰਡਿਤ ਜੀ ਤੁਸੀਂ ਅੱਗੇ ਚੱਲੋ, ਇਸ ਪਿੰਡ ਦੇ ਵਿੱਚ ਮੈਂ ਇੱਕ ਇਨਸਾਨ ਨੂੰ ਮਿਲਣਾ, ਮੈਂ ਉਹਨੂੰ ਮਿਲ ਕੇ ਤੁਹਾਨੂੰ ਅੱਗੇ ਹੀ ਮਿਲਾਂਗਾ। ਮਹਾਕਾਲ ਉਸ ਪਿੰਡ ਦੇ ਵਿੱਚ ਚਲਾ ਗਿਆ। ਪੰਡਿਤ ਜੀ ਜਦੋਂ ਉਸ ਪਿੰਡ ਦੇ ਵਿੱਚੋਂ ਲੰਘ ਰਹੇ ਸੀ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਇਨਸਾਨ ਜਿਸ ਨੂੰ ਸੱਪ ਲੜ ਗਿਆ ਅਤੇ ਉਹ ਤੜਫ ਤੜਫ ਕੇ ਮਰ ਰਿਹਾ। ਪਰ ਪੰਡਿਤ ਜੀ ਆਪਣੇ ਦੋਸਤ ਵੱਲ ਧਿਆਨ ਰੱਖਦੇ ਉਸ ਪਿੰਡ ਦੇ ਵਿੱਚੋਂ ਲੰਘ ਗਏ। ਅੱਗੇ ਉਹਨਾਂ ਨੂੰ ਫੇਰ ਮਹਾਕਾਲ ਮਿਲ ਗਿਆ। ਚੱਲਦੇ ਚੱਲਦੇ ਜਦੋਂ ਰਾਤ ਹੋਈ ਤਾਂ ਉਹਨਾਂ ਨੂੰ ਇੱਕ ਮੰਦਿਰ ਦਿਖਿਆ। ਉਸ ਮੰਦਿਰ ਦੇ ਵਿੱਚ ਰਹਿਣ ਦੀ ਵਿਵਸਥਾ ਕਾਫੀ ਵਧੀਆ ਸੀ। ਪੰਡਿਤ ਜੀ ਨੇ ਸੋਚਿਆ ਕਿ ਅੱਜ ਇੱਥੇ ਆਰਾਮ ਕਰ ਲੈਂਦੇ ਹਾਂ, ਕੱਲ੍ਹ ਫਿਰ ਆਪਣੇ ਸਫ਼ਰ ਲਈ ਨਿਕਲ ਜਾਵਾਂਗੇ। ਤਾਂ ਮਹਾਕਾਲ ਨੇ ਫਿਰ ਪੰਡਿਤ ਜੀ ਨੂੰ ਕਿਹਾ ਕਿ ਤੁਸੀਂ ਬੈਠੋ, ਮੈਂ ਇੱਥੇ ਕਿਸੇ ਨੂੰ ਮਿਲਣਾ, ਮੈਂ ਉਹਨਾਂ ਨੂੰ ਮਿਲ ਕੇ ਵਾਪਸ ਆ ਜਾਂਦਾ। ਜਦੋਂ ਉਹ ਵਾਪਸ ਆਇਆ ਤਾਂ ਮਹਾਕਾਲ ਆ ਕੇ ਪੰਡਿਤ ਜੀ ਕੋਲ ਬੈਠਾ ਤਾਂ ਪੰਡਿਤ ਜੀ ਨੂੰ ਪਹਿਲਾਂ ਪਤਾ ਲੱਗ ਚੁੱਕਿਆ ਸੀ ਕਿ ਇਸ ਪਿੰਡ ਦੇ ਵਿੱਚ ਅੱਗ ਲੱਗ ਚੁੱਕੀ ਸੀ ਅਤੇ ਅੱਗ ਲੱਗਣ ਕਾਰਨ ਇੱਕ ਇਨਸਾਨ ਦੀ ਮੌਤ ਹੋ ਗਈ ਹੈ। ਪੰਡਿਤ ਜੀ ਨੇ ਸੋਚਿਆ ਕਿ ਇਹ ਇਨਸਾਨ ਜਿਸ ਪਿੰਡ ਵਿੱਚ ਵੀ ਜਾਂਦਾ ਹੈ ਉੱਥੇ ਕੁਝ ਨਾ ਕੁਝ ਬੁਰਾ ਜ਼ਰੂਰ ਹੁੰਦਾ ਹੈ। ਪੰਡਿਤ ਜੀ ਉਸ ਇਨਸਾਨ ਨੂੰ ਜਿਸਦਾ ਨਾਮ ਮਹਾਕਾਲ ਸੀ ਇਹ ਗੱਲ ਪੁੱਛਣਾ ਚਾਹੁੰਦੇ ਸੀ ਕਿ ਤੁਸੀਂ ਕੌਣ ਹੋ, ਜਿੱਥੇ ਵੀ ਜਾਂਦੇ ਹੋ ਕੁਝ ਨਾ ਕੁਝ ਬੁਰਾ ਜ਼ਰੂਰ ਹੁੰਦਾ ਹੈ। ਪਰ ਫਿਰ ਪੰਡਿਤ ਜੀ ਨੇ ਇਹ ਗੱਲ ਪੁੱਛਣ ਤੋਂ ਗੁਰੇਜ਼ ਕਰ ਲਿਆ। ਜਦੋਂ ਸੁਬਾਹ ਹੋਈ ਤੇ ਦੋਨੋਂ ਚੱਲਦੇ ਚੱਲਦੇ ਇੱਕ ਹੋਰ ਪਿੰਡ ਵਿੱਚ ਪਹੁੰਚੇ। ਜਦੋਂ ਉੱਥੇ ਪਹੁੰਚੇ ਤਾਂ ਮਹਾਕਾਲ ਨੇ ਫੇਰ ਕਿਹਾ ਕਿ ਤੁਸੀਂ ਚੱਲੋ, ਮੈਂ ਇਸ ਪਿੰਡ ਦੇ ਵਿੱਚ ਇੱਕ ਇਨਸਾਨ ਨੂੰ ਮਿਲਣਾ, ਮੈਂ ਉਹਨੂੰ ਮਿਲ ਕੇ ਤੁਹਾਨੂੰ ਅੱਗੇ ਹੀ ਮਿਲਾਂਗਾ। ਪਰ ਪੰਡਿਤ ਜੀ ਇਸ ਵਾਰ ਮਹਾਕਾਲ ਦੇ ਪਿੱਛੇ ਪਿੱਛੇ ਚੱਲਦੇ ਰਹੇ। ਪੰਡਿਤ ਜੀ ਨੇ ਦੇਖਿਆ ਕਿ ਉਸ ਪਿੰਡ ਦੇ ਵਿੱਚ ਇੱਕ ਹੋਰ ਦੁਰਘਟਨਾ ਹੋਈ ਜਿਸ ਦੇ ਨਾਲ ਇੱਕ ਇਨਸਾਨ ਦੀ ਹੋਰ ਮੌਤ ਹੋਈ। ਜਦੋਂ ਵਾਪਸ ਮਹਾਕਾਲ ਪੰਡਿਤ ਜੀ ਕੋਲ ਆਏ ਤਾਂ ਪੰਡਿਤ ਜੀ ਤੋਂ ਇਸ ਵਾਰ ਰਿਹਾ ਨਾ ਗਿਆ। ਉਹਨਾਂ ਨੇ ਪੁੱਛ ਹੀ ਲਿਆ ਕਿ ਤੁਸੀਂ ਜਿੱਥੇ ਵੀ ਜਾਂਦੇ ਹੋ ਉੱਥੇ ਕੋਈ ਨਾ ਕੋਈ ਦੁਰਘਟਨਾ ਜ਼ਰੂਰ ਹੁੰਦੀ ਹੈ, ਤਾਂ ਤੁਸੀਂ ਕੌਣ ਹੋ? ਤਾਂ ਮਹਾਕਾਲ ਨੇ ਕਿਹਾ ਕਿ ਪੰਡਿਤ ਜੀ ਤੁਸੀਂ ਤਾਂ ਮੈਨੂੰ ਕਾਫੀ ਗਿਆਨੀ ਲੱਗਦੇ ਸੀ, ਇਸੇ ਕਰਕੇ ਮੈਂ ਤੁਹਾਨੂੰ ਆਪਣਾ ਅਸਲੀ ਨਾਮ ਦੱਸਿਆ ਸੀ। ਮੇਰਾ ਨਾਮ ਮਹਾਕਾਲ ਹੈ, ਮੈਂ ਜਮਦੂਤ ਹਾਂ। ਯਮਰਾਜ ਦੇ ਕਹਿਣ 'ਤੇ ਮੈਂ ਲੋਕਾਂ ਦੀਆਂ ਜਿਨ੍ਹਾਂ ਦੀ ਉਮਰ ਪੂਰੀ ਹੋ ਜਾਂਦੀ ਹੈ ਉਹਨਾਂ ਨੂੰ ਉੱਪਰ ਲੈ ਕੇ ਜਾਂਦਾ। ਤਾਂ ਪੰਡਿਤ ਜੀ ਕਹਿਣ ਲੱਗੇ ਕਿ ਫਿਰ ਅਗਲੀ ਵਾਰੀ ਕਹਿੰਦੀ ਹੈ। ਤਾਂ ਮਹਾਕਾਲ ਕਹਿਣ ਲੱਗਿਆ ਕਿ ਅਗਲੀ ਵਾਰੀ ਤੁਹਾਡੇ ਉਸ ਦੋਸਤ ਦੀ ਹੈ ਜਿਸ ਨੂੰ ਤੁਸੀਂ ਮਿਲਣ ਜਾਣਾ। ਮਹਾਕਾਲ ਨੇ ਇਹ ਵੀ ਕਿਹਾ ਕਿ ਉਸਦੀ ਮੌਤ ਦਾ ਜ਼ਿੰਮੇਵਾਰ ਤੁਸੀਂ ਹੋਵੋਗੇ। ਪੰਡਿਤ ਜੀ ਨੇ ਸੋਚਿਆ ਕਿ ਮੈਂ ਆਪਣੇ ਦੋਸਤ ਦੀ
ਮੌਤ ਦਾ ਜ਼ਿੰਮੇਵਾਰ ਨਹੀਂ ਬਣਨਾ ਚਾਹੁੰਦਾ, ਮੈਂ ਆਪਣੇ ਦੋਸਤ ਨੂੰ ਮਿਲਣ ਨਹੀਂ ਜਾਵਾਂਗਾ। ਇੰਨੇ ਨੂੰ ਮਹਾਕਾਲ ਬੋਲਦਾ ਹੈ ਕਿ ਮੈਂ ਸੋਚ ਰਿਹਾ ਕਿ ਤੁਸੀਂ ਕੀ ਸੋਚ ਰਹੇ ਹੋ, ਤੁਸੀਂ ਸੋਚ ਰਹੇ ਹੋ ਕਿ ਜੇਕਰ ਮੈਂ ਆਪਣੇ ਦੋਸਤ ਨੂੰ ਨਾ ਮਿਲਣ ਜਾਵਾਂ ਤਾਂ ਮੈਂ ਉਸਦੀ ਮੌਤ ਦਾ ਕਾਰਨ ਨਹੀਂ ਬਣਾਂਗਾ, ਪਰ ਹੋਣੀ ਨੂੰ ਕੋਈ ਨਹੀਂ ਟਾਲ ਸਕਦਾ। ਇਹ ਗੱਲ ਸੁਣ ਕੇ ਪੰਡਿਤ ਜੀ ਨੂੰ ਪੂਰਾ ਯਕੀਨ ਹੋ ਗਿਆ ਕਿ ਇਹ ਸੱਚ ਵਿੱਚ ਹੀ ਯਮਦੂਤ ਹੈ। ਪੰਡਿਤ ਜੀ ਆਪਣੇ ਦੋਸਤ ਨੂੰ ਮਿਲਣ ਦਾ ਪ੍ਰੋਗਰਾਮ ਕੈਂਸਲ ਕਰਕੇ ਜਦੋਂ ਵਾਪਸ ਆਉਣ ਲੱਗੇ ਤਾਂ ਉਹਨਾਂ ਨੇ ਦੇਖਿਆ ਕਿ ਉਹੀ ਦੋਸਤ ਉਹਨਾਂ ਦੇ ਬਿਲਕੁਲ ਸਾਹਮਣੇ ਖੜਾ ਹੈ ਤੇ ਉਹ ਭੱਜਦਾ ਭੱਜਦਾ ਉਸ ਪੰਡਿਤ ਜੀ ਨੂੰ ਮਿਲਣ ਆ ਰਿਹਾ। ਜਦੋਂ ਦੋਨੋਂ ਆਪਸ ਦੇ ਵਿੱਚ ਮਿਲਦੇ ਨੇ ਤਾਂ ਅਚਾਨਕ ਪੰਡਿਤ ਦੇ ਉਸ ਦੋਸਤ ਦੀ ਮੌਤ ਹੋ ਜਾਂਦੀ। ਮਹਾਕਾਲ ਵੱਲ ਵੇਖ ਕੇ ਪੰਡਿਤ ਜੀ ਹੈਰਾਨ ਹੋ ਜਾਂਦੇ ਨੇ ਤਾਂ ਮਹਾਕਾਲ ਦੱਸਦਾ ਹੈ ਕਿ ਇਹ ਦੋਸਤ ਤੁਹਾਡਾ ਤੁਹਾਡੇ ਮਗਰ ਤੁਹਾਨੂੰ ਲੱਭਦੇ ਲੱਭਦੇ ਆ ਰਿਹਾ ਸੀ। ਇਹ ਤੁਹਾਨੂੰ ਆਵਾਜ਼ ਇਸ ਕਰਕੇ ਨਹੀਂ ਮਾਰ ਪਾਇਆ ਕਿਉਂਕਿ ਇਹ ਗੂੰਗਾ ਹੈ ਤੇ ਤੁਹਾਡੇ ਨਾਲ ਇਸ ਕਰਕੇ ਨਹੀਂ ਰਲ ਪਾਇਆ ਕਿਉਂਕਿ ਇਹ ਅਪਾਹਿਜ ਵੀ ਹੈ, ਪਰ ਇਸਨੇ ਤੁਹਾਡੇ ਨਾਲ ਰਲਣ ਦੀ ਬਹੁਤ ਕੋਸ਼ਿਸ਼ ਕੀਤੀ, ਇਸ ਕਰਕੇ ਇਸਨੇ ਆਪਣੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਤੇ ਹੁਣ ਤੁਹਾਨੂੰ ਜਦੋਂ ਇਹ ਮਿਲਿਆ ਤੇ ਇਸਨੂੰ ਅਚਾਨਕ ਹਾਰਟ ਅਟੈਕ ਆ ਗਿਆ। ਪੰਡਿਤ ਜੀ ਪੁੱਛਦੇ ਨੇ ਕਿ ਇਹ ਕਿਵੇਂ ਹੋਇਆ, ਮੈਂ ਆਪਣੇ ਮੌਤ ਬਾਰੇ ਜਾਣਨਾ ਚਾਹੁੰਦਾ। ਪੰਡਿਤ ਜੀ ਨੂੰ ਮਹਾਕਾਲ ਨੇ ਕਿਹਾ ਕਿ ਵੈਸੇ ਤਾਂ ਅਸੀਂ ਕਿਸੇ ਨੂੰ ਮੌਤ ਬਾਰੇ ਨਹੀਂ ਦੱਸ ਸਕਦੇ, ਪਰ ਤੁਸੀਂ ਕਾਫੀ ਬੁੱਧੀਮਾਨ ਲੱਗ ਰਹੇ ਹੋ ਕਿਉਂਕਿ ਤੁਸੀਂ ਆਪਣੇ ਦੋਸਤ ਦੀ ਮੌਤ ਦਾ ਦੁੱਖ ਬਹੁਤ ਹੀ ਜਲਦੀ ਸੰਭਾਲ ਲਿਆ। ਇਸੇ ਕਰਕੇ ਮਹਾਕਾਲ ਦੱਸਦਾ ਹੈ ਕਿ ਅੱਜ ਤੋਂ ਠੀਕ 6 ਮਹੀਨਿਆਂ ਬਾਅਦ ਤੁਹਾਡੀ ਇਸੇ ਦਿਨ ਹੀ ਮੌਤ ਹੋ ਜਾਵੇਗੀ, ਤੁਹਾਨੂੰ ਫਾਂਸੀ ਲੱਗਣ ਕਾਰਨ ਮੌਤ ਹੋਵੇਗੀ ਤੇ ਤੁਸੀਂ ਉਸ ਫਾਂਸੀ ਨੂੰ ਪਿਆਰ ਦੇ ਨਾਲ ਚੁੰਮ ਕੇ ਆਪਣੇ ਗਲੇ ਦੇ ਵਿੱਚ ਪਾਉਂਗੇ। ਇੰਨੀ ਗੱਲ ਕਹਿ ਕੇ ਮਹਾਕਾਲ ਉੱਥੋਂ ਚਲਿਆ ਜਾਂਦਾ ਹੈ ਤੇ ਪੰਡਿਤ ਆ ਕੇ ਆਪਣੇ ਰਾਜ ਦੇ ਰਾਜੇ ਨੂੰ ਸਾਰੀ ਗੱਲਬਾਤ ਦੱਸਦਾ। ਉਸ ਰਾਜ ਦਾ ਰਾਜਾ ਕਹਿੰਦਾ ਕਿ ਤੁਸੀਂ ਇੱਦਾਂ ਕਰੋ, ਆਪਣੇ ਮੰਤਰੀਆਂ ਨੂੰ ਇਕੱਠਾ ਕਰੋ, ਉਹਨਾਂ ਦੀ ਸਲਾਹ ਲੈਂਦੇ ਹਾਂ। ਮੰਤਰੀ ਕਹਿੰਦੇ ਨੇ ਕਿ ਤੁਸੀਂ ਇਸ ਨੂੰ ਆਪਣੇ ਕੋਲੇ ਇੱਥੇ ਹੀ ਰੱਖ ਲਓ, ਇਸ ਕਰਕੇ ਇਹ ਦੂਸਰੇ ਰਾਜ ਵਿੱਚ ਨਹੀਂ ਜਾਏਗਾ ਤੇ ਨਾ ਹੀ ਇਸ ਦੀ ਮੌਤ ਹੋਵੇਗੀ। ਰਾਜੇ ਨੇ ਉਸ ਨੂੰ ਆਪਣੇ ਕੋਲ ਇੱਕ ਵੱਖਰੇ ਕਮਰੇ ਦੇ ਵਿੱਚ ਰੱਖ ਲਿਆ। ਹੁਣ ਪੰਡਿਤ ਉਸੇ ਕਮਰੇ ਦੇ ਵਿੱਚ ਰਹਿੰਦਾ ਸੀ। ਥੋੜੇ ਸਮੇਂ ਬਾਅਦ ਜਦੋਂ ਉਸਦੀ ਮੌਤ ਵਾਲਾ ਦਿਨ ਆਇਆ ਤਾਂ ਪੰਡਿਤ ਉਸ ਰਾਤ ਜਲਦੀ ਸੌਂ ਗਿਆ। ਪੰਡਿਤ ਨੂੰ ਨੀਂਦ ਵਿੱਚ ਚੱਲਣ ਦੀ ਆਦਤ ਸੀ, ਇਸ ਕਰਕੇ ਉਹ ਪੰਡਿਤ ਨੀਂਦ ਵਿੱਚ ਚੱਲਦਾ ਚੱਲਦਾ ਇੱਕ ਘੋੜੇ ਤੇ ਬੈਠ ਕੇ ਦੂਸਰੇ ਰਾਜ ਦੇ ਰਾਜੇ ਵਿੱਚ ਉੱਥੇ ਚਲਾ ਗਿਆ ਤੇ ਸਿੱਧਾ ਹੀ ਰਾਜਕੁਮਾਰ ਦੇ ਕਮਰੇ ਦੇ ਵਿੱਚ ਚਲਾ ਗਿਆ। ਉੱਥੇ ਉਹਨਾਂ ਨੇ ਉਸ ਪੰਡਿਤ ਨੂੰ ਬੰਦੀ ਬਣਾ ਲਿਆ। ਜਦੋਂ ਸਵੇਰ ਹੋਈ ਤਾਂ ਉੱਥੋਂ ਦੇ ਰਾਜੇ ਨੇ ਉਸਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ, ਪਰ ਪੰਡਿਤ ਨੇ ਆਪਣੀ ਸਾਰੀ ਗੱਲਬਾਤ ਉਸ ਰਾਜੇ ਨੂੰ ਦੱਸੀ। ਰਾਜੇ ਨੇ ਕਿਹਾ ਕਿ ਤੂੰ ਉਸ ਰਾਜ ਦਾ ਵਾਸੀ ਹੈ, ਉਹ ਰਾਜਾ ਮੇਰਾ ਦੋਸਤ ਹੈ, ਉੱਥੋਂ ਜਾ ਕੇ ਸਾਰੀ ਗੱਲਬਾਤ ਪਤਾ ਲੱਗੀ ਕਿ ਉਹ ਪੰਡਿਤ ਸੱਚ ਬੋਲ ਰਿਹਾ, ਇਸੇ ਕਰਕੇ ਫਾਂਸੀ ਦੀ ਸਜ਼ਾ ਉਸਨੂੰ ਨਹੀਂ ਦਿੱਤੀ ਜਾ ਸਕਦੀ ਸੀ, ਪਰ ਰਾਜੇ ਨੇ ਫਾਂਸੀ ਦੀ ਸਜ਼ਾ ਦੇ ਦਿੱਤੀ ਸੀ, ਇਸ ਕਰਕੇ ਹੁਣ ਉਹ ਸਜ਼ਾ ਟਲ ਵੀ ਨਹੀਂ ਸਕਦੀ ਸੀ। ਫੇਰ ਕੋਈ ਸੁਝਾਅ ਦਿੰਦਾ ਕਿ ਤੁਸੀਂ ਇੱਦਾਂ ਕਰੋ, ਸੂਤ ਦੇ ਧਾਗੇ ਨਾਲ ਇਸ ਨੂੰ ਫਾਂਸੀ ਦੇ ਦਿਓ, ਇਸ ਕਰਕੇ ਰਾਜੇ ਦਾ ਵੀ ਕਥਨ ਸੱਚ ਹੋ ਜਾਏਗਾ ਤੇ ਇਹ ਇਨਸਾਨ ਮਰੇਗਾ ਵੀ ਨਹੀਂ। ਅਗਲੇ ਦਿਨ ਸੂਤ ਦੇ ਧਾਗੇ ਦੇ ਨਾਲ ਪੰਡਿਤ ਨੂੰ ਫਾਂਸੀ ਦੇਣੀ ਸੀ। ਪੰਡਿਤ ਨੇ ਉਹ ਧਾਗਾ ਹੱਸ ਕੇ ਆਪਣੇ ਗਲ ਦੇ ਵਿੱਚ ਪਾਇਆ। ਜਦੋਂ ਉਹ ਧਾਗਾ ਟੁੱਟਿਆ, ਪਰ ਟੁੱਟਣ ਤੋਂ ਪਹਿਲਾਂ ਉਸ ਧਾਗੇ ਨੇ ਆਪਣਾ ਕੰਮ ਕਰ ਦਿੱਤਾ। ਪੰਡਿਤ ਦੇ ਗਲ ਦੀਆਂ ਕਈ ਨਸਾਂ ਕੱਟੀਆਂ ਗਈਆਂ ਤੇ ਪੰਡਿਤ ਮਰ ਗਿਆ। ਸਾਰੇ ਦੇਖ ਕੇ ਹੈਰਾਨ ਹੋ ਚੁੱਕੇ ਸੀ ਕਿ ਇੱਕ ਸੂਤ ਦੇ ਧਾਗੇ ਦੇ ਨਾਲ ਇਹ ਸਭ ਕਿਵੇਂ ਹੋਇਆ। ਇੱਥੋਂ ਆਪਾਂ ਨੂੰ ਇਹ ਸਿੱਖਣ ਨੂੰ ਮਿਲਦਾ ਕਿ ਜੋ ਵੀ ਆਪਣੇ ਨਾਲ ਹੋਣਾ ਉਹ ਹੋ ਕੇ ਰਹੇਗਾ, ਚਾਹੇ ਆਪਾਂ ਕਿੱਥੇ ਮਰਜ਼ੀ ਭੱਜ ਲਈਏ, ਤੇ ਜੇਕਰ ਉਸ ਪੰਡਿਤ ਦੀ ਵਾਂਗ ਆਪਾਂ 6 ਮਹੀਨੇ ਕਮਰੇ ਦੇ ਵਿੱਚ ਰਹਿ ਕੇ ਆਪਣਾ ਜੀਵਨ ਗੁਜ਼ਾਰ ਲਈਏ ਤੇ ਇਹ ਇੱਕ ਬਹੁਤ ਵੱਡੀ ਗਲਤੀ ਹੋਵੇਗੀ। ਇਹੀ ਉਹ 6 ਮਹੀਨੇ ਆਪਣੇ
ਖੁਸ਼ੀ ਦੇ ਨਾਲ ਗੁਜ਼ਾਰਦਾ ਤੇ ਉਸਨੂੰ ਕਾਫੀ ਖੁਸ਼ੀ ਹੋਣੀ ਸੀ। ਆਪਾਂ ਆਪਣਾ ਸਾਰਾ ਜੀਵਨ ਖੁਸ਼ੀ ਦੇ ਨਾਲ ਬਤੀਤ ਕਰੀਏ, ਕਿਉਂਕਿ ਆਪਾਂ ਨੂੰ ਨਹੀਂ ਪਤਾ ਕਿ ਆਪਣਾ ਕਿਹੜਾ ਸਮਾਂ ਲਾਸਟ ਹੋਵੇ, ਤੇ ਹਮੇਸ਼ਾ ਚੰਗੇ ਕਰਮ ਕਰਦੇ ਰਹੀਏ, ਕਿਉਂਕਿ ਚੰਗੇ ਕਰਮ ਕਿਤੇ ਨਾ ਕਿਤੇ ਅੱਗੇ ਜ਼ਰੂਰ ਆਉਂਦੇ ਨੇ। ਇਹ ਸੀ ਅੱਜ ਦੀ ਵੀਡੀਓ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ, ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਵੇਸ਼ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਤੇ ਬੈੱਲ ਨੋਟੀਫਿਕੇਸ਼ਨ ਜ਼ਰੂਰ ਔਨ ਕਰਿਓ, ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ। ਧੰਨਵਾਦ, ਬਹੁਤ ਬਹੁਤ ਧੰਨਵਾਦ।